ਕੀ ਆਪ ਦਾ ਜਿਹੜਾ ਸੰਘਰਸ਼ ਇਸੇ ਤਰ੍ਹਾਂ ਚਾਲੂ ਰੱਖਾਂਗੇ ਤੇ ਜਿੰਨੇ ਵੀ ਐਗਜ਼ਿਟ ਪੁਆਇੰਟ ਨੇ ਦਿੱਲੀ ਦੇ ਆਉਣ ਵਾਲੇ ਰਸਤੇ ਸਾਰੇ ਬੰਦ ਕੀਤੇ ਹੋਏ ਨੇ ਬਿਲਕੁਲ ਵੀ ਅਸੀਂ ਆਪਣੀਆਂ ਮੰਗਾਂ ਮਨਵਾਉਣ ਤੋਂ ਬਿਨਾਂ ਵਾਪਸ ਨਹੀਂ ਪਰਤਾਂਗੇ ਕਿਸੇ ਗੱਲ ਤੋਂ ਹੀ ਗੁੰਮਰਾਹ ਨਹੀਂ ਹੋਣ ਦੇਵਾਂਗੇ ਖੱਟੜ ਦੀ ਖੱਟੜ ਨੇ ਮੋਦੀ ਦੇ ਨਾਲ ਰਲ ਕੇ ਜਿਹੜੇ ਪੰਜਾਬ ਦੇ ਜਿਹੜੇ ਹੈਗੇ ਨੇ ਕਿਸਾਨ ਨੂੰ ਵਿਸ਼ਵਾਸਘਾਤ ਕੀਤਾ ਨਰਿੰਦਰ ਮੋਦੀ ਨੂੰ ਕਿ ਉਹਨੂੰ ਆਪਦਾ ਇਹ ਫੈਸਲੇ ਵਾਪਸ ਲੈਣ ਪੈਣਗੇ ਤੇ ਸਾਡੇ ਪੰਜਾਬ ਦੇ ਕਿਸਾਨਾਂ ਦੇ ਹੱਕ ਸਾਨੂੰ ਦੇਣੇ ਪੈਣਗੇ ਸੋ ਲਗਾਤਾਰ D5 ਚੈਨਲ ਪੰਜਾਬੀ ਦੇ ਤੁਹਾਨੂੰ ਪਲ ਪਲ ਦੀ ਜਾਣਕਾਰੀ ਦੇ ਰਹੇ ਹਾਂ ਗਰਾਊਂਡ ਜ਼ੀਰੋ ਦੀ ਤੁਹਾਨੂੰ ਅਸੀਂ ਕੱਲ੍ਹ ਤੋਂ ਹੀ ਤਸਵੀਰਾਂ ਦਿਖਾ ਰਹੇ ਹਾਂ ਸ਼ੰਭੂ ਬਾਰਡਰ ਤੋਂ ਲੈ ਕੇ ਸਿੰਘੂ ਬਾਰਡਰ ਤੱਕ ਦੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਲਗਾਤਾਰ ਲਾਈਵ ਤੁਸੀਂ ਦੇਖ ਰਹੇ ਹੋ ਤਸਵੀਰਾਂ ਕੁਝ ਹੋਰ ਕਿਸਾਨ ਆਗੂ ਨੇ ਸਾਡੇ ਨਾਲ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਵਾਉਂਦੇ ਹਾਂ ਜੀ ਕਿੱਥੋਂ ਆਏ ਤੁਸੀਂ ਸ਼ਮਿੰਦਰ ਸਿੰਘ ਫਿਰੋਜ਼ਪੁਰ ਡਿਸਟ੍ਰਿਕਟ ਤੋਂ ਜਿਹੜੇ ਹੁਣ ਕੇਂਦਰ ਦੇ ਵੱਲੋਂ ਨਵੇਂ ਤੋਂ ਨਵਾਂ ਪੈਕੇਜ ਅਪਣਾਇਆ ਜਾ ਰਿਹਾ ਇੱਕ ਡਰਾਮੇਬਾਜ਼ੀ ਮੈਂ ਅਜੇ ਆਪਾਂ ਕਹਿ ਸਕਦੇ ਹਾਂ ਡਰਾਮੇਬਾਜ਼ੀ ਕੀਤੀ ਜਾ ਰਹੀ ਆ ਹੁਣ ਕਹਿ ਰਹੇ ਨੇ ਕਿ ਫੋਨ ਤੇ ਮਿੱਛਾ ਦੀ ਕਾਲ ਵੀ ਆ ਰਹੀ ਆ ਕਿ ਕਿਸਾਨਾਂ ਨੂੰ ਕਿ ਪ੍ਰਧਾਨ ਕਿ ਹੁਣ ਅਸੀਂ ਤੁਹਾਨੂੰ ਜੋ ਜਗ੍ਹਾ ਦੇ ਦਿੰਦੇ ਤੁਸੀਂ ਸ਼ਾਂਤਮਈ ਢੰਗ ਦੇ ਨਾਲ ਉੱਥੇ ਜਾ ਕੇ ਤੁਸੀਂ ਧਰਨਾ ਲਾ ਲਓ ਕੀ ਲੱਗਦਾ ਕਿ ਇਹ ਵੀ ਮੈਂ ਅਜੇ ਡਰਾਮੇਬਾਜ਼ੀ ਜਿਵੇਂ ਪਹਿਲਾਂ ਤੋਂ ਹੀ ਸੱਦੇ ਦਿੱਤੇ ਗਏ ਸੀ ਮੀਟਿੰਗਾਂ ਵੀ ਹੋਈਆਂ ਸੀ ਬੇਸਿੱਟਾਂ ਨਿਕਲੀਆਂ ਸੀ ਬਿਲਕੁਲ ਜੀ ਇੱਕ ਗੁੰਮਰਾਹ ਕਰਨ ਵਾਲੀ ਗੱਲ ਹੈ ਕਿਸਾਨਾਂ ਨੂੰ ਤੁਸੀਂ ਦੇਖਿਆ ਪਿਛਲੇ 2 ਮਹੀਨਿਆਂ ਤੋਂ ਪੰਜਾਬ ਦੇ ਕਿਸਾਨ ਪੰਜਾਬ ਦੇ ਨੌਜਵਾਨ ਸੜਕਾਂ ਤੇ ਬੈਠੇ ਨੇ ਪਰ ਜਿਹੜੀ ਅੱਜ ਗੱਲ ਕੀਤੀ ਗਈ ਸਿਰਫ ਇੱਕ ਜਿਹੜਾ ਸੰਘਰਸ਼ ਨੂੰ ਫੇਲ ਕਰਨ ਦਾ ਇੱਕ ਸਾਜ਼ਿਸ਼ ਹੈ ਜੇ ਇੱਕ ਜਗ੍ਹਾ ਤੇ ਅਸੀਂ ਬੈਠਣਾ ਹੁੰਦਾ ਤੇ ਅਸੀਂ ਆਪਣੇ ਪੰਜਾਬ ਦੇ ਵਿੱਚ ਬੈਠੇ ਸੀ ਉਦੋਂ ਨਹੀਂ ਇਹਨਾਂ ਨੂੰ ਪਤਾ ਸੀਗਾ ਕਿ ਪੰਜਾਬ ਦੇ ਕਿਸਾਨਾਂ ਨਾਲ ਆ ਕੇ ਗੱਲ ਕੀਤੀ ਜਾਵੇ 2 ਵਾਰ ਇਹਨਾਂ ਨੇ ਬੁਲਾਇਆ ਵੀ ਹੈ ਸਾਨੂੰ ਉੱਥੇ ਬੁਲਾਇਆ ਵੀ ਹੈ ਸਾਡੇ ਜਥੇਬੰਦੀਆਂ ਦੇ ਜਿਹੜੇ ਆਗੂ ਸਾਹਿਬਾਨ ਨੇ ਉਹਨਾਂ ਨੂੰ ਬੁਲਾਇਆ ਸੀ ਸ਼ਰਮਸਾਰ ਕੀਤਾ ਪਹਿਲੀ ਵਾਰ ਤਾਂ ਇੱਥੋਂ ਤੱਕ ਕਿ ਉਹਨਾਂ ਦੇ ਜਿਹੜਾ ਆਪ ਮੰਤਰੀ ਸਾਹਿਬ ਮਿਲੇ ਨੇ ਉਹਨਾਂ ਦੇ ਘਰ ਮਿਲ ਗਏ ਪਰ ਗੱਲ ਇਹ ਬਿਲਕੁਲ ਗੁੰਮਰਾਹ ਕਰਨ ਵਾਲੀ ਗੱਲ ਹੈ ਅਸੀਂ ਇਸ ਇਹਨਾਂ ਦੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਸਾਹਿਬਾਨ ਨੇ ਅਸੀਂ ਕਿਸਾਨ ਵੀਰ ਕੋਈ ਵੀ ਇਹਨਾਂ ਦੇ ਬਹਿਕਾਵੇ ਵਿੱਚ ਨਹੀਂ ਆਵਾਂਗੇ ਅਸੀਂ ਆਪ ਦਾ ਜਿਹੜਾ ਸੰਘਰਸ਼ ਇਸੇ ਤਰ੍ਹਾਂ ਚਾਲੂ ਰੱਖਾਂਗੇ ਤੇ ਜਿੰਨੇ ਵੀ ਐਗਜ਼ਿਟ ਪੁਆਇੰਟ ਨੇ ਦਿੱਲੀ ਦੇ ਆਉਣ ਵਾਲੇ ਰਸਤੇ ਸਾਰੇ ਬੰਦ ਕੀਤੇ ਹੋਏ ਨੇ ਸਾਰੇ ਹਿੰਦੁਸਤਾਨ ਦੀਆਂ ਜਥੇਬੰਦੀਆਂ ਆਪਣੇ ਸਾਡੇ ਨਾਲ ਨੇ ਅਸੀਂ ਜਿਹੜੀਆਂ ਇਹਨਾਂ ਜਥੇਬੰਦੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਿਸਾਨ ਵੀ ਖੜੇ ਆ ਅਸੀਂ ਕਿਸੇ ਵੀ ਕੀਮਤ ਤੇ ਜਿੰਨਾ ਚਿਰ ਮੋਦੀ ਦੇ ਕੋਈ ਨੁਮਾਇੰਦਾ ਜਾਂ ਕ੍ਰਿਸ਼ੀ ਮੰਤਰੀ ਜਿਹੜਾ ਨਰਿੰਦਰ ਤੋਮਰ ਹੈ ਉਹਨਾਂ ਦਾ ਵੀ ਮੈਸੇਜ ਆ ਰਿਹਾ ਕਿ ਉਹਨਾਂ ਨੇ ਕਾਲ ਕੀਤੀ ਹੈ ਕਿ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਹਾਂ ਨਹੀਂ ਜਿੰਨੀ ਦੇਰ ਕਿਸਾਨ ਆਗੂ ਤੇ ਕਿਸਾਨ ਵੀਰ ਜਿੰਨੇ ਨੌਜਵਾਨ ਸਾਥੀ ਆਏ ਨੇ ਉਹ ਇਸ ਗੱਲ ਤੋਂ ਸਹਿਮਤ ਨਹੀਂ ਹੁੰਦੇ ਅਸੀਂ ਇਹ ਬਿਲਕੁਲ ਵੀ ਅਸੀਂ ਆਪਦੀਆਂ ਮੰਗਾਂ ਮਨਵਾਉਣ ਤੋਂ ਬਿਨਾਂ ਵਾਪਸ ਨਹੀਂ ਪਰਤਾਂਗੇ ਕਿਸੇ ਗੱਲ ਤੋਂ ਹੀ ਗੁੰਮਰਾਹ ਨਹੀਂ ਹੋਣ ਦੇਵਾਂਗੇ ਦੁਖਲਾਹਟ ਉਹਨਾਂ ਦੀ ਹੁਣ ਤੁਹਾਨੂੰ ਲੱਗਦਾ ਕਿ ਸਾਹਮਣੇ ਆ ਰਹੀ ਹੈ ਜੋ ਇੱਥੇ ਤੱਕ ਦਿੱਲੀ ਤੱਕ ਪਹੁੰਚ ਗਏ ਪਹਿਲਾਂ ਸ਼ਾਇਦ ਉਹਨਾਂ ਨੂੰ ਲੱਗਦਾ ਸੀ ਕਿ ਹਰਿਆਣੇ ਦਾ ਬਾਰਡਰ ਹੀ ਟੱਪਣ ਦੇਣਾ ਪਰ ਹਰਿਆਣਾ ਦੇ ਕਿਸਾਨਾਂ ਦਾ ਵੱਡੇ ਪੱਧਰ ਤੇ ਸਾਥ ਮਿਲਿਆ ਉਸ ਤੋਂ ਬਾਅਦ ਅੱਗੇ ਵੱਲ ਕੂਚ ਹੋਇਆ ਬਿਲਕੁਲ ਤੁਹਾਨੂੰ ਇਸ ਗੱਲ ਦਾ ਪਤਾ ਹੀ ਹੈ ਵੀਰ ਜੀ ਕਿ ਜਦੋਂ ਜਦੋਂ ਵੀ ਪੰਜਾਬ ਦੇ ਵੱਲ ਕਿਸੇ ਨੇ ਮੂੰਹ ਕੀਤਾ ਪੰਜਾਬੀਆਂ ਵੱਲ ਕਿਸੇ ਨੇ ਮੂੰਹ ਕੀਤਾ ਪੰਜਾਬ ਦੇ ਨੌਜਵਾਨਾਂ ਵੱਲ ਪੰਜਾਬ ਦੇ ਕਿਸਾਨਾਂ ਵੱਲ ਤੇ ਪੰਜਾਬੀਆਂ ਨੇ ਮੂੰਹ ਤੋੜ ਜਵਾਬ ਦਿੱਤਾ ਹਰ ਇੱਕ ਦਾ ਇਹਨਾਂ ਨੇ ਤਾਂ ਇਹ ਸਮਝ ਲਿਆ ਸੀ ਕਿ ਪੰਜਾਬ ਅਸੀਂ ਇੱਥੇ ਬੈਠੇ ਕੋਈ ਆਪਣਾ ਲਾਗੂ ਕਰਦੇ ਹਾਂ ਕਾਨੂੰਨ ਤੇ ਪੰਜਾਬ ਦੇ ਲੋਕ ਚੁੱਪ ਕਰਕੇ ਬੈਠਣਗੇ ਇਹਨਾਂ ਨੇ ਇਹ ਗੱਲ ਕਿ ਅਸੀਂ ਸ਼ੰਭੂ ਨਹੀਂ ਟੱਪਣਗੇ ਤੁਸੀਂ ਆਪਣੇ ਆਪ ਦੇਖਿਆ ਕਿ ਸ਼ੰਭੂ ਤੋਂ ਲੈ ਕੇ ਤੇ ਦਿੱਲੀ ਤੱਕ ਅੱਜ ਆਪਣੇ ਆਪ ਹੀ ਕਹਿ ਰਹੇ ਤੁਸੀਂ ਅੰਦਰ ਆ ਜਾਓ ਬਖਲਾ ਆ ਕੀ ਲੋਕ ਕਿਸਾਨਾਂ ਵਾਸਤੇ ਜਿਹੜਾ ਹੈਗਾ ਸਿੰਧੂ ਬੈਰੀ ਜਿੱਥੇ ਆਪਾਂ ਖੜੇ ਇਹਨਾਂ ਵਾਸਤੇ ਕੋਈ ਸਾਡੇ ਵਾਸਤੇ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਸਾਡੇ ਵਾਸਤੇ ਬੜੀਆਂ ਛੋਟੀਆਂ ਗੱਲਾਂ ਨੇ ਪਰ ਜੇ ਗੱਲ ਕੀਤੀ ਜਾਵੇ ਖੱਟੜ ਦੀ ਖੱਟੜ ਨੇ ਮੋਦੀ ਦੇ ਨਾਲ ਰਲ ਕੇ ਜਿਹੜੇ ਪੰਜਾਬ ਦੇ ਜਿਹੜੇ ਹੈਗੇ ਨੇ ਕਿਸਾਨ ਉਹਨਾਂ ਨੇ ਵਿਸ਼ਵਾਸਘਾਤ ਕੀਤਾ ਤੇ ਅੱਜ ਉਹਨੂੰ ਦਿਖਾਵੇ ਅੱਜ ਆਪ ਭੁਗਤਣਾ ਪਿਆ ਉਹਨਾਂ ਦੇ ਜਿਹੜੇ ਪੰਜਾਬ ਹਰਿਆਣੇ ਦੇ ਕਿਸਾਨ ਨੇ ਉਹ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਕਿ ਅਸੀਂ ਇਸ ਗੱਲ ਤੋਂ ਤੁਹਾਨੂੰ ਜਾਣੂ ਤੁਹਾਡੇ ਜ਼ਰੀਏ ਜਾਣੂ ਕਰਵਾਉਣਾ ਚਾਹੁੰਦੇ ਹਾਂ ਨਰਿੰਦਰ ਮੋਦੀ ਨੂੰ ਕਿ ਉਹਨੂੰ ਆਪਦਾ ਇਹ ਫੈਸਲੇ ਵਾਪਸ ਲੈਣ ਪੈਣਗੇ ਤੇ ਸਾਡੇ ਪੰਜਾਬ ਦੇ ਕਿਸਾਨਾਂ ਦੇ ਹੱਕ ਸਾਨੂੰ ਦੇਣੇ ਪੈਣਗੇ ਸੋ ਲਗਾਤਾਰ ਤੁਹਾਨੂੰ ਸਮਰਥਨ ਵੀ ਮਿਲਿਆ ਤੁਸੀਂ ਇਹ ਗੱਲ ਕਹਿ ਰਹੇ ਤਾਂ ਹੀ ਤੁਸੀਂ ਇੱਕ ਲੱਖ ਪਹੁੰਚੇ ਹੁਣ ਕੀ ਲੱਗਦਾ ਕਿ ਇੱਥੋਂ ਵੀ ਅੱਗੇ ਵਾਲੇ ਕਿਸਾਨ ਜੋ ਕੁਝ ਕਰ ਪਾਉਣਗੇ ਲੱਗਦਾ ਕਿ ਜਿਵੇਂ ਹੀ ਇਹ ਸ਼ੰਭੂ ਬਾਰਡਰ ਤੇ ਤੁਸੀਂ ਅੱਗੇ ਵਧੇ ਉਸ ਤੋਂ ਬਾਅਦ ਪਾਣੀਪਤ ਬਾਰਡਰ ਤੇ ਵੱਡਾ ਚੈਲੰਜ ਸੀਗਾ ਕਿ ਜੋ ਉੱਥੇ ਵੱਡੇ ਵੱਡੇ ਖੱਡੇ ਕੱਢੇ ਗਏ ਸੀ ਉਸ ਨੂੰ ਵੀ ਕ੍ਰੋਸ ਕਰਕੇ ਕੀ ਲੱਗਦਾ ਹੁਣ ਇਹ ਆਖਰੀ ਪੜਾਅ ਵੀ ਕਿਸਾਨ ਜਲਦੀ ਪਾਰ ਕਰ ਲੈਣਗੇ ਇਹ ਜਥੇਬੰਦੀਆਂ ਦਾ ਫੈਸਲਾ ਹੈ ਜੀ ਜੇ ਕੋਈ ਇਸ ਗੱਲ ਨੂੰ ਸਮਝੇ ਉਹ ਜਿਹੜਾ ਉੱਥੇ ਨਾਦਰਸ਼ਾ ਬੈਠਾ ਹੋਇਆ ਇਸ ਗੱਲ ਨੂੰ ਸਮਝੇ ਕਿ ਇਹ ਜਿਹੜਾ ਕਿਸਾਨ ਕਿਸੇ ਕਾਰਨ ਕਰਕੇ ਰੁਕੇ ਆ ਜਾਣ ਦੇ ਕਾਰਨ ਰੁਕੇ ਹੋਏ ਤਾਂ ਤੁਸੀਂ ਸਮਝ ਨਹੀਂ ਸਕਦੇ ਕਿ ਪਾਣੀਪਤ ਨਾਲ ਤਾਂ ਕੋਈ ਵੱਡੀ ਚੀਜ਼ ਨਹੀਂ ਹੈਗੀ ਹੈ ਇਹ ਤਾਂ ਸਾਡੇ ਵਾਸਤੇ ਸਾਡੇ ਕਿਸਾਨਾਂ ਵਾਸਤੇ 5-7 ਮਿੰਟ ਦੀ ਖੇੜੇ ਪਰ ਆਗੂਆਂ ਨੇ ਇੱਕ ਵਧੀਆ ਜਥੇਬੰਦੀਆਂ ਦੇ ਆਗੂਆਂ ਨੇ ਬੜੀ ਵਧੀਆ ਸੋਚ ਦੇ ਨਾਲ ਬੜੀ ਪਲੈਨਿੰਗ ਦੇ ਨਾਲ ਚੱਲ ਰਹੀਆਂ ਨੇ ਜੇ ਅਸੀਂ ਉੱਥੇ ਜਾ ਕੇ ਇੱਕ ਕਮਰੇ ਦੇ ਵਿੱਚ ਅਸੀਂ ਬੈਠ ਜਾਂਦੇ ਹਾਂ ਤੇ ਘਰ ਦੇ ਵਿੱਚ ਜੋ ਮਰਜ਼ੀ ਹੋਵੇ ਕਿਸੇ ਨੂੰ ਕੋਈ ਪਤਾ ਲੱਗੂਗਾ ਅੱਜ ਉਹਨਾਂ ਦਾ ਜਦੋਂ ਸਾਹ ਬੰਦ ਹੋਊਗਾ ਸਾਰੇ ਪਾਸੇ ਰਸਤੇ ਬੰਦ ਹੋਏ ਨੇ ਸਾਰੇ ਪਾਸੇ ਦਿੱਲੀ ਦੀ ਆਵਾਜਾਈ ਬੰਦ ਹੋਊਗੀ ਅੱਜ ਹੀ ਫੋਨ ਕਮਾਉਣੇ ਕਿਉਂ ਸ਼ੁਰੂ ਹੋਏ ਕੱਲ੍ਹ ਉੱਥੋਂ ਚੱਲੇ ਸੀ ਇਹਨਾਂ ਦਾ ਮਤਲਬ ਸੀ ਉੱਥੋਂ ਨਿਕਲ ਨਹੀਂ ਦੇਣਾ ਪਰ ਜਿਹੜੇ ਪੰਜਾਬ ਦੇ ਕਿਸਾਨ ਨੇ ਪੰਜਾਬ ਦੇ ਲੋਕ ਨੇ ਹਮੇਸ਼ਾ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਨੇ ਇਹ ਤਾਂ ਸਾਡੇ ਹੱਕਾਂ ਦੀ ਆਪ ਦੇ ਜਿਹੜੇ ਕਿਸਾਨਾਂ ਦੇ ਜਿਹੜੇ ਹੱਕਾਂ ਨੂੰ ਮਾਰਿਆ ਗਿਆ ਇਹ ਤਾਂ ਸਾਡੇ ਵਾਸਤੇ
ਪੰਜਾਬ ਦੇ ਕਿਸਾਨ ਨੇ ਇਹ ਚੁੱਪ ਕਰਕੇ ਨਹੀਂ ਬੈਠਣਗੇ, ਇਸ ਜਿਹੜੀਆਂ ਇਹਨਾਂ ਮੰਗਾਂ ਮਨਵਾ ਕੇ ਹੀ ਵਾਪਸ ਪਰਤਣਗੇ। ਪੰਜਾਬ ਦੇ ਨੌਜਵਾਨ ਦੇਖੀਏ ਇਤਿਹਾਸ ਦੇ ਵਿੱਚ ਅਜਿਹਾ ਇਕੱਠ, ਅਜਿਹੀ ਏਕਤਾ ਸ਼ਾਇਦ ਕਿਤੇ ਨਹੀਂ ਦੇਖੀ। ਪਹਿਲਾਂ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਇੰਨੇ ਵੱਡੇ ਪੱਧਰ 'ਤੇ ਨੌਜਵਾਨ ਮੋਹਰੇ ਹੋ ਕੇ, ਨੌਜਵਾਨ ਅੱਗੇ ਹੋ ਕੇ ਬਜ਼ੁਰਗਾਂ ਨੂੰ ਕਹਿ ਰਹੇ ਕਿ ਤੁਸੀਂ ਪਿੱਛੇ ਰਹੋ, ਅਸੀਂ ਅੱਗੇ ਜਾ ਕੇ ਅਸੀਂ ਆਪਣੀਆਂ ਕੁਰਬਾਨੀਆਂ ਤੁਹਾਡੇ ਲਈ ਅਸੀਂ ਦੇਣ ਨੂੰ ਤਿਆਰ ਹਾਂ। ਇਤਿਹਾਸ ਦੇ ਵਿੱਚ ਪਹਿਲੀ ਵਾਰੀ ਅਜਿਹਾ ਜਜ਼ਬਾ, ਅਜਿਹਾ ਜਨੂੰਨ, ਅਜਿਹਾ ਜੋਸ਼ ਦੇਖਣ ਨੂੰ ਮਿਲਿਆ ਨੌਜਵਾਨਾਂ। ਬੜੀ ਵਧੀਆ ਤੁਸੀਂ ਗੱਲ ਕਹੀ ਹੈ। ਮੈਂ ਪਰਮਾਤਮਾ ਸੱਚੇ ਪਰਮ ਪੁਰਖ ਪਰਮਾਤਮਾ ਅੱਗੇ ਬੜੀ ਉਹਨਾਂ ਦਾ ਸ਼ੁਕਰਾਨਾ ਕਰਦਾ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਕੋਈ ਗੱਲ ਹੀ ਕੀਤੀ, ਇਹਨੇ ਮੋਦੀ ਨੇ ਕੀਤੀ ਭਾਵੇਂ ਗਲਤੀ ਕੀਤੀ, ਪਰ ਸਾਡਾ ਅੱਜ ਜਿਹੜਾ ਕਿਸਾਨ ਅਤੇ ਨੌਜਵਾਨ ਤਾਂ ਇਕੱਠਾ ਹੋ ਗਿਆ ਨਾ, ਪਤਾ ਲੱਗ ਗਿਆ ਨੌਜਵਾਨਾਂ ਨੂੰ ਕਿ ਸਾਡੇ ਹੱਕ ਕੀ ਨੇ, ਅਸੀਂ ਜਿਹੜੇ ਆਪਣੇ ਹੱਕ ਕਿਵੇਂ ਮਨਵਾਉਣੇ ਨੇ, ਕਿਵੇਂ ਮਨਵਾਉਣੇ ਨੇ। ਪਰ ਇਸ ਗੱਲ ਦਾ ਮੈਂ ਜਜ਼ਬਾ ਮੈਂ ਸਲਾਮ ਕਰਦਾ ਵਾਂ ਜਿਹੜੇ ਆਪਣੇ ਨੌਜਵਾਨ ਨੇ, ਮੇਰੇ ਵੀਰ ਨੇ ਜਿਹੜੇ ਆਪਦੇ ਜਿਹੜੇ ਬਜ਼ੁਰਗਾਂ ਤੋਂ ਵੀ ਅੱਗੇ ਖੜੇ ਨੇ, ਪਰ ਮੈਂ ਸਲਾਮ ਕਰਦਾ ਉਹਨਾਂ ਬਜ਼ੁਰਗਾਂ ਨੂੰ ਜਿਨ੍ਹਾਂ ਨੇ ਇੱਥੋਂ ਤੱਕ ਸੰਘਰਸ਼ ਲੈ ਕੇ ਆਉਂਦਾ, ਅੱਜ ਤੱਕ ਕਿਸਾਨ ਜਥੇਬੰਦੀਆਂ ਨੂੰ ਇੱਥੋਂ ਤੱਕ ਪਹੁੰਚਾਇਆ। ਅਸੀਂ ਸਾਰੇ ਹੀ ਜਿਹੜੇ ਨੌਜਵਾਨਾਂ ਦਾ ਮੈਂ ਸਲਾਮ ਕਰਦਾ ਵਾਂ, ਅਤੇ ਮੈਂ ਬੇਨਤੀ ਵੀ ਕਰਦਾ ਵਾਂ ਕਿ ਜਿਵੇਂ ਜਿਵੇਂ ਆਪਣੇ ਆਗੂ ਸਾਹਿਬਾਨ ਕਹਿਣਗੇ, ਸੀਨੀਅਰ ਆਗੂ ਸਾਹਿਬਾਨ, ਜੇ ਕਹਿੰਦੇ ਦਿਲ ਦੀ ਲੋੜ ਹੁੰਦੀ ਤਾਂ ਦਿਮਾਗ ਦੀ ਵੀ ਲੋੜ ਹੁੰਦੀ ਹੈ, ਇਸ ਕਰਕੇ ਸਾਨੂੰ ਆਪਦੇ ਸੀਨੀਅਰ ਆਗੂਆਂ ਅਤੇ ਨੌਜਵਾਨਾਂ ਦੋਨਾਂ ਦੀ ਲੋੜ ਹੈ, ਬੜੇ ਤਰੀਕੇ ਨਾਲ ਸਾਨੂੰ ਚੱਲਣਾ ਪਏਗਾ, ਅਤੇ ਅਸੀਂ ਇਸ ਜਿਹੜਾ ਮਿਸ਼ਨ ਨੂੰ ਫਤਿਹ ਲਗਭਗ ਕਰ ਹੀ ਲਿਆ, ਇਹ ਸਾਡਾ ਮਤਲਬ ਕੋਈ ਦੂਰੀ ਨਹੀਂ ਰਹਿ ਗਈ, ਕੋਈ ਦੂਰ ਨਹੀਂ ਰਹਿ ਗਿਆ, ਸਾਡਾ ਜਿਹੜਾ ਸਾਡੀ ਜਿਹੜੀ ਜਿੱਤ ਹੈ, ਸਾਡੀ ਜਿੱਤ ਸਾਨੂੰ ਮਿਲ ਚੁੱਕੀ ਹੈ, ਸਾਨੂੰ ਜਿੱਤ ਮਿਲ ਚੁੱਕੀ, ਅਸੀਂ ਆਪਦੇ ਜਿਹੜਾ ਮੁਕਾਮ ਪਰਮਾਤਮਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਅਸੀਂ ਹਾਸਲ ਕਰ ਚੁੱਕੇ ਹਾਂ, ਅਤੇ ਇਹ ਬੜੀਆਂ ਛੋਟੀਆਂ ਗੱਲਾਂ ਨੇ, ਜਿਹੜੇ ਬੈਰੀਗੇਡ ਲੱਗੇ ਨੇ ਜਾਂ ਪੁਲਿਸ ਲੱਗੀ ਹੈ, ਤੁਸੀਂ ਆਪ ਦੇਖਿਓ ਕਿ ਜਦੋਂ ਪਿੱਛੇ ਸਾਨੂੰ ਸ਼ੰਭੂ ਬੈਰੀਗੇਡ ਤੋਂ ਰੋਕਣ ਲੱਗੇ ਨੇ ਕਿਸਾਨਾਂ ਨੂੰ, ਨੌਜਵਾਨਾਂ ਨੂੰ, ਸਾਡੇ ਕਿਸਾਨਾਂ ਨੂੰ, ਤੁਸੀਂ ਦੇਖੋ ਪੁਲਿਸ ਆਪਣੇ ਆਪ ਪਿੱਛੇ ਹਟਦੀ ਗਈ ਹੈ, ਪਿੱਛੇ ਹਟਦੀ ਗਈ, ਜੇ ਇੰਨਾ ਹੀ ਇਹਨਾਂ ਨੂੰ ਸੀਗਾ ਤਾਂ ਫਿਰ ਕਰਦੇ ਕੀ ਇਸ ਚੀਜ਼ ਦੀ ਵੇਟ ਕਰਦੇ, ਫਿਰ ਸਿਰਫ ਇਸ ਚੀਜ਼ ਦੀ ਵੇਟ ਕਰਦੇ ਨੇ, ਜਿਹੜੇ ਪੰਜਾਬ ਦੇ ਨੇ ਉਹਨਾਂ ਦਿਲ ਦੇ ਵਿੱਚ ਕੀ ਹੈ, ਦਿਮਾਗ ਵਿੱਚ ਕੀ ਚੱਲ ਰਿਹਾ, ਪੰਜਾਬ ਦੇ ਜਿਹੜੇ ਨੌਜਵਾਨ ਨੇ, ਪੰਜਾਬ ਦੇ ਕਿਸਾਨ ਨੇ, ਉਹ ਕਿਸੇ ਚੀਜ਼ ਤੋਂ ਡਰਦੇ ਨਹੀਂ ਗੇ, ਉਹ ਸਿਰਫ ਅਤੇ ਸਿਰਫ ਕਦੀ ਇਹੋ ਜਿਹਾ ਗੁੰਮਰਾਹ ਕਰਨ ਜਿਹੜਾ ਪ੍ਰਚਾਰ ਵੀ ਨਹੀਂ ਕਰਦੇ, ਸਿਰਫ ਅਤੇ ਸਿਰਫ ਆਪਦੇ ਹੱਕਾਂ ਦੇ ਲਈ ਅੱਜ ਅਸੀਂ ਇੱਥੇ ਆਏ, ਜਿਹੜੇ ਆਪਣੇ ਹੱਕ ਮਨਵਾ ਕੇ ਜਾਵਾਂਗੇ, ਅਤੇ ਮੋਦੀ ਨੂੰ ਸਾਡੇ ਸਾਹਮਣੇ ਝੁਕਣਾ ਪਏਗਾ। ਮੈਂ ਇੰਨੀਆਂ ਇਹ ਬੇਨਤੀਆਂ ਕਰਦਾ ਹੋਇਆ ਮੈਂ ਤੁਹਾਨੂੰ ਸਾਰਿਆਂ ਦੇ ਇਸ ਮੀਡੀਆ ਦੇ ਥਰੂ ਮੈਸੇਜ ਦੇਣਾ ਚਾਹੁੰਦਾ ਉਸ ਨਾਦਰ ਸ਼ਾਹ ਨੂੰ ਕਿ ਤੁਸੀਂ ਵੀ ਇਸ ਗੱਲ ਨੂੰ ਪਹੁੰਚਾਓ ਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਇੱਥੋਂ ਚੁੱਪ ਕਰਕੇ ਵਾਪਸ ਨਹੀਂ ਜਾਣਗੇ, ਹੁਣ ਆਪਦੇ ਜਿਹੜੇ ਫੈਸਲੇ ਨੇ ਆਪਦੇ ਹੱਕ ਲੈ ਕੇ ਵਾਪਸ ਪਰਤਣਗੇ। ਸਰਕਾਰਾਂ ਦੀ ਮਨਸ਼ਾ ਇਹੀ ਹੁੰਦੀ ਆ ਕਿ ਸੰਘਰਸ਼ ਜੋ ਲੰਬਾ ਚਲਾਇਆ ਜਾਵੇ, ਕਿਉਂਕਿ ਜੋ ਲੰਬਾ ਸੰਘਰਸ਼ ਚੱਲਦਾ, ਲੰਬੇ ਸੰਘਰਸ਼ ਤੋਂ ਬਾਅਦ ਸੰਘਰਸ਼ ਹੌਲੀ ਹੌਲੀ ਟੁੱਟਣਾ ਸ਼ੁਰੂ ਹੋ ਜਾਂਦਾ, ਕਿ ਕੁਝ ਅਜਿਹੇ ਸਿਆਸਤਦਾਨ ਵੀ ਵਿੱਚ ਸੰਘਰਸ਼ ਨੂੰ ਢਾਲ ਆਉਣ ਦੀਆਂ ਕੋਸ਼ਿਸ਼ਾਂ ਕਰਦੇ ਆਪਾਂ ਪਹਿਲਾਂ ਵੀ ਦੇਖ ਚੁੱਕੇ ਹਾਂ, ਅਤੇ ਕੀ ਸਰਕਾਰ ਦੀ ਅਜਿਹੀ ਮਨਸ਼ਾ ਹੋ ਸਕਦੀ ਹੈ ਸੰਘਰਸ਼ ਨੂੰ ਲੰਬਾ ਕਰਨ ਦੇ ਲਈ? ਇਹ ਜਿਹੜੇ ਸੰਘਰਸ਼ਾਂ ਦੀ ਆਪਾਂ ਗੱਲ ਕਰਦੇ ਹਾਂ ਕਿ ਜੇ ਸੰਘਰਸ਼ ਲੰਮਾ ਚੱਲੇਗਾ ਤਾਂ ਉਹਨੂੰ ਕਮਜ਼ੋਰ ਕੀਤਾ ਜਾਏਗਾ, ਪਰ ਤੁਸੀਂ ਇਹ ਗੱਲ ਦੇਖੀ ਜਦੋਂ ਤੋਂ ਪੰਜਾਬ ਤੋਂ 2 ਮਿੰਟ ਜਿਵੇਂ ਜਿਵੇਂ ਸੰਘਰਸ਼ ਵੱਧਦਾ ਗਿਆ ਉਵੇਂ ਤੇਜ਼ ਹੁੰਦਾ ਗਿਆ, ਅਤੇ ਅੱਜ ਤੁਸੀਂ ਦੇਖੋ ਇੰਨਾ ਜੋਸ਼ ਹੈ ਪੰਜਾਬ ਦੇ ਕਿਸਾਨਾਂ 'ਚ, ਇਹ ਤਾਂ ਕੁਛ ਵੀ ਨਹੀਂ ਕਿ ਮੇਰੇ ਵੀਰ ਜਿਹੜੇ ਭਰਾ ਬੈਠੇ, ਤੁਸੀਂ ਪਿੱਛੇ ਜਾ ਕੇ ਦੇਖਿਓ ਪੰਜਾਬ ਦੇ ਵਿੱਚ ਕਿੰਨੇ ਕਿੰਨੇ ਜ਼ਿਲ੍ਹਿਆਂ ਦੇ ਵਿੱਚ ਵੰਡ ਕੀਤੀ ਹੋਈ ਹੈ, ਕੋਈ ਤਰਤੀਬ ਵਾਰ ਵੰਡ ਕੀਤੀ, ਬੜੀ ਪਲੈਨਿੰਗ ਨਾਲ ਚੱਲ ਰਿਹਾ ਕਿ ਆਪਣਾ ਜਿਹੜਾ ਮਾਝਾ ਇੱਕ ਜਿਹੜੇ 2 ਜ਼ਿਲ੍ਹੇ ਨੇ ਇੱਕ ਦਿਨ ਆਉਣਗੇ, ਦੁਆਬੇ ਦੇ ਇੱਕ ਦਿਨ ਆਉਣਗੇ, ਮਾਲਵੇ ਦੇ ਇੱਕ ਦਿਨ ਆਉਣਗੇ, ਇਹ ਤਰਤੀਬ ਵਾਰ ਸਾਰਾ ਸਿਸਟਮ ਚੱਲ ਰਿਹਾ ਪੰਜਾਬ ਦੇ ਜਿਹੜੇ ਹੈਗੇ ਨੇ ਕਿਸਾਨ। ਇਹ ਜਿਹੜਾ ਸਾਡਾ ਹੈਗਾ ਜਿਹੜਾ ਸੰਘਰਸ਼, ਇਹ ਕਮਜ਼ੋਰ ਨਹੀਂ, ਇਹ ਅੱਗੇ ਇਸ ਮਿਸ਼ਨ ਨੂੰ ਜਿਹੜਾ ਅਸੀਂ ਹਾਸਲ ਜਿਹੜਾ ਕਰਨ ਵਾਸਤੇ ਬੜੇ ਤਰੀਕੇ ਨਾਲ ਚੱਲੇ ਹਾਂ, ਅਤੇ ਅਸੀਂ ਇਸ ਨੂੰ ਫਤਿਹ ਕਰਕੇ ਹੀ ਵਾਪਸ ਜਾਵਾਂਗੇ, ਅਤੇ ਬੜੇ ਪਰਮਾਤਮਾ ਦੀ ਮੈਂ ਕਿਰਪਾ, ਸੱਚੇ ਪਾਤਸ਼ਾਹ ਦੀ ਇੰਨੀ ਕਿਰਪਾ ਪਰਮ ਪੁਰਖ ਪਰਮਾਤਮਾ ਦੀ ਕਿ ਪਰਮਾਤਮਾ ਸੱਚੇ ਪਾਤਸ਼ਾਹ ਮੈਂ ਜਿੰਨੇ ਵੀ ਇੱਥੇ ਮੇਰੇ ਕਿਸਾਨ ਵੀਰ ਨੌਜਵਾਨ ਵੀ ਬੈਠੇ ਨੇ ਉਹਨਾਂ ਨੂੰ ਤਾਕਤ ਬਖਸ਼ੇ, ਉਹਨਾਂ ਨੂੰ ਤਾਕਤ ਬਖਸ਼ੇ, ਅਤੇ ਉਹਨਾਂ ਨੂੰ ਬਲ ਬਖਸ਼ੇ, ਤੰਦਰੁਸਤੀ ਬਖਸ਼ੇ, ਕਿ ਜਿਹੜਾ ਇਸੇ ਤਰ੍ਹਾਂ ਹੀ ਆਪਦੇ ਹੱਕਾਂ ਨੇ ਲੜਦੇ ਰਹਿਣ। ਕੁਝ ਕਿਸਾਨ ਆਗੂਆਂ 'ਤੇ ਪਰਚੇ ਵੀ ਕੀਤੇ ਗਏ ਨੇ ਇਹਨਾਂ ਨੇ, ਕਿ ਜੋ ਇੱਕ ਤਾਂ ਇਹਨਾਂ 'ਤੇ ਇਰਾਦੇ ਕਤਲ ਤੱਕ ਦੇ ਕਤਲ ਹੋਏ ਨੇ, ਕਿ ਇਰਾਦਾ ਹੈ ਕਤਲ ਦੇ ਉੱਤੇ 7 ਦੇ ਪਰਚੇ ਹੋਏ ਨੇ, ਕੀ ਲੱਗਦਾ ਸਿਰਫ ਇੱਕ ਡਰਾਉਣ ਦੇ ਲਈ, ਮਹਿਜ ਇੱਕ ਡਰਾਉਣ ਦੇ ਲਈ ਅਜਿਹੀਆਂ ਜੋ ਕੁਝੀਆਂ ਹਰਕਤਾਂ ਜਿਵੇਂ ਪਹਿਲਾਂ ਤੋਂ ਕੇਂਦਰ ਸਰਕਾਰ ਕਰਦੀ ਹੈ, ਅਜਿਹੀਆਂ ਕੁਝੀਆਂ ਹਰਕਤਾਂ ਫਿਰ ਤੋਂ ਕਰ ਰਹੇ ਹੈ? ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ, ਤੁਸੀਂ ਦੇਖਿਆ ਹੋਣਾ ਨੌਜਵਾਨ ਅੰਬਾਲੇ ਦੇ ਵਿੱਚ ਜਦੋਂ ਆਪਣਾ ਸ਼ੰਭੂ ਬੈਰੀਅਰ ਦਿੱਤੇ, ਉਸਨੇ ਆਪਣਾ ਜਿਹੜਾ ਸੀਗਾ ਵਾਟਰ ਬੰਦ ਕੀਤਾ ਉੱਪਰੋਂ, ਉਹ ਜਦੋਂ ਬੰਦ ਕੀਤਾ ਤੁਸੀਂ ਦੇਖੋ ਉਸ ਨੌਜਵਾਨ ਦੀ, ਤੁਸੀਂ ਇੰਟਰਵਿਊ ਸਾਰੇ ਭੈਣ ਭਰਾਵਾਂ ਨੇ ਸੁਣੀ ਹੋਏਗੀ ਕਿ ਉਸ ਪਰਿਵਾਰ ਦੇ ਉੱਤੇ ਇੱਕ ਸੰਘਰਸ਼ ਦੇ ਵਿੱਚ ਜਿਹੜੀਆਂ ਡੈਥ ਹੋਈਆਂ ਨੇ, ਉਸ ਉਹਨਾਂ ਦੇ 302 ਦੇ ਪਰਚੇ ਦਿੱਤੇ ਹੁੰਦੇ ਸਭ, ਇਸ ਕਿਸਾਨਾਂ ਵਾਸਤੇ ਪਰਚੇ ਨਹੀਂ, ਮੈਂ ਪਰਚੀਆਂ ਗਿਣਦਾ ਮੈਂ ਇਹਨਾਂ ਨੂੰ। ਇੱਕ ਇਨਸਾਨ ਉਦੋਂ ਕਮਜ਼ੋਰ ਹੁੰਦਾ ਜਦੋਂ ਇਕੱਲਾ ਹੁੰਦਾ, ਜਦੋਂ ਇਹੋ ਜਿਹੇ ਪਰਚੇ ਹੁੰਦੇ ਉਹ ਇੱਕ ਇਨਸਾਨ 'ਤੇ ਨਹੀਂ ਹੁੰਦੇ, ਉਹ ਸਾਰੇ ਹਜ਼ੂਮ 'ਤੇ, ਇੱਕ ਸਾਰੇ ਸਿਸਟਮ 'ਤੇ ਹੁੰਦੇ ਆ। ਇਹ ਜਿਹੜਾ ਕਿਸਾਨ ਸੰਘਰਸ਼ ਹੈ ਇਹ ਸਾਰੇ ਜੇ ਇੱਕ ਇਨਸਾਨ 'ਤੇ ਜਾਂ 2 ਕਿਸਾਨਾਂ 'ਤੇ ਤੁਸੀਂ ਕਹੋਗੇ ਪਰਚਾ ਕਰਕੇ ਉਹਨਾਂ ਨੂੰ ਡਰਾ ਲਵਾਂਗੇ, ਕੋਈ ਬਹੁਤ ਮੈਂ ਸਮਝਦਾ ਉਹਨਾਂ ਦੀ ਮਾੜੀ ਸੋਚ ਦਾ ਨਤੀਜਾ, ਇਹ ਜਿਹੜਾ ਸੰਘਰਸ਼ ਸਾਡਾ ਇਸੇ ਤਰ੍ਹਾਂ ਹੀ ਵੱਧਦਾ ਜਾਏਗਾ। ਜਿਵੇਂ ਜਿਵੇਂ ਤੁਸੀਂ ਇਹੋ ਜਿਹੇ ਘਨੋ
ਬਿੱਲ ਪਾਸ ਕੀਤਾ ਦਾ ਵਿਰੋਧ ਕਰਦੇ ਹਾਂ, ਸਖ਼ਤ ਸ਼ਬਦਾਂ ਦਾ ਵਿਰੋਧ ਕਰਦੇ ਹਾਂ। ਅਸੀਂ ਅੱਜ ਸਭ ਮੇਰੇ ਵੀਰ ਭੈਣ ਭਰਾ ਸਾਰੇ ਅਸੀਂ ਇਕੱਠੇ ਹੋ ਕੇ ਜੀ ਹਾਂਜੀ ਕਿੱਥੋਂ ਆਈ ਜੀ ਜੀ ਮੈਂ ਫਿਰੋਜ਼ਪੁਰ ਡਿਸਟ੍ਰਿਕਟ ਜ਼ਿਲ੍ਹਾ ਕਾਂਸਟੀਚੁਐਂਸੀ ਤੋਂ ਆਇਆ, ਨਰੇਸ਼ ਕਟਾਰੀਆ ਮੇਰਾ ਨਾਮ। ਸਰਕਾਰਾਂ ਜੋ ਸਿਆਸਤਦਾਨ ਨੇ, ਆਮ ਆਦਮੀ ਪਾਰਟੀ ਦੀ ਗੱਲ ਕਰੀਏ ਆਪਾਂ, ਆਮ ਆਦਮੀ ਦੇ ਪਾਰਟੀ ਦੇ ਲੀਡਰ ਕਈ ਜਾ ਕੇ ਜਿੱਥੇ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਕਿਸਾਨਾਂ ਨੂੰ ਬੈਠਣਾ ਚਾਹੀਦਾ, ਆਮ ਆਦਮੀ ਪਾਰਟੀ ਦੇ ਲੀਡਰ ਪਹਿਲਾਂ ਹੀ, ਮੈਂ ਨਾਮ ਨਹੀਂ ਲਊਂਗਾ ਇੱਥੇ, ਉਹ ਪਹਿਲਾਂ ਹੀ ਉੱਥੇ ਜਾ ਕੇ ਬੈਠ ਗਏ ਬੁਰਾੜੀ ਦੇ ਵਿੱਚ। ਵੈਸੇ ਤਾਂ ਚਲੋ ਪਤਾ ਨਹੀਂ ਕਿਸ ਤਰ੍ਹਾਂ ਬੈਠ ਗਏ ਆ, ਅਤੇ ਮੈਂ ਤਾਂ ਕਿਸਾਨਾਂ ਨੂੰ ਬੇਨਤੀ ਕਰੂੰਗਾ ਵੀ ਜਿੱਥੇ ਜਿੱਥੇ ਆਹ ਹੁਣ ਬੈਠੇ ਆ ਮੋਰਚਿਆਂ 'ਤੇ, ਇੱਥੇ ਇੱਥੇ ਬਹਿਣਾ ਚਾਹੀਦਾ, ਕਿਉਂਕਿ ਇਹ ਜਿਹੜੀ ਆ ਨੈਸ਼ਨਲ ਹਾਈਵੇ, ਜਿਵੇਂ ਕਹਿੰਦੇ ਨਾ ਵੀ ਆਪਾਂ ਇਨਸਾਨ ਦੀ ਸ਼ਾਹਰਗ ਵੱਧ ਗਏ ਤਾਂ ਇਨਸਾਨ ਦੀ ਮੌਤ ਹੋ ਜਾਂਦੀ ਹੈ, ਇਹ ਸ਼ਾਹਰਗ ਆ, ਇਹਦੇ ਤੋਂ ਬਿਨਾਂ ਇਹ ਮਸਲਾ ਹੱਲ ਨਹੀਂ ਹੋਣਾ। ਮੈਂ ਕਿਸਾਨਾਂ ਨੂੰ ਬੇਨਤੀ ਕਰਾਂ ਵੀ ਕਿਤੇ ਹੋਰ ਜਾਣ ਦੀ ਲੋੜ ਨਹੀਂ, ਬਸ ਜਿਹੜੇ ਜਿਹੜੇ ਮੋਰਚਿਆਂ 'ਤੇ ਬਹਿ ਗਏ ਨਾਨਕੇ, ਇੱਥੇ ਡੇਰੇ ਲਾਓ, ਇੱਥੋਂ ਹੀ ਤੁਹਾਡਾ ਮਸਲਾ ਹੱਲ ਹੋਣਾ ਵਾ। ਜੀ ਬਹੁਤ ਧੰਨਵਾਦ। ਸੋ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ, ਤਸਵੀਰਾਂ ਵੀ ਦਿਖਾ ਰਹੇ ਹਾਂ, ਕਿਸਾਨ ਆਗੂਆਂ ਦੇ ਨਾਲ ਗੱਲਬਾਤ ਵੀ ਕਰਵਾ ਰਹੇ ਹਾਂ। ਕਿਸਾਨਾਂ ਦਾ ਇਹੀ ਕਹਿਣਾ ਹੈ ਲਗਾਤਾਰ ਕਿ ਹੁਣ ਅਸੀਂ ਉਦੋਂ ਤੱਕ ਨਹੀਂ ਜਾਵਾਂਗੇ ਜਦੋਂ ਤੱਕ ਇਹ ਕਾਲੇ ਕਾਨੂੰਨ ਕੇਂਦਰ ਦੇ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ। ਅਤੇ ਨਾਲ ਇਹ ਵੀ ਕਹਿਣਾ ਕਿ ਹੰਝੂ ਗੈਸ ਦੇ ਗੋਲੇ ਅਤੇ ਬੁਛਾੜਾ ਕੀ ਨੇ, ਭਾਵੇਂ ਸਾਨੂੰ ਫਾਂਸੀ 'ਤੇ ਚੜ੍ਹਾਇਆ ਜਾਵੇ, ਭਾਵੇਂ ਸਾਨੂੰ ਤੋਪਾਂ ਦਿਆਂ ਗੋਲਿਆਂ ਨਾਲ ਉਡਾਇਆ ਜਾਵੇ, ਪਰ ਅਸੀਂ ਆਪਣੇ ਅੱਜ ਹੱਕ ਲੈਣ ਦੇ ਲਈ ਅਸੀਂ ਅੱਜ ਸਿਰ 'ਤੇ ਕਫਨ ਬੰਨ੍ਹ ਕੇ ਅੱਜ ਇੱਥੇ ਤੱਕ ਪਹੁੰਚੇ ਹਾਂ, ਕੇਂਦਰ ਤੱਕ ਪਹੁੰਚ ਚੁੱਕੇ ਹਾਂ ਅਸੀਂ ਅੱਜ, ਤਾਂ ਇਹ ਖੇਤੀ ਕਾਨੂੰਨ ਜੋ ਹੈ ਰੱਦ ਕਰਵਾ ਕੇ ਹੀ ਜਾਵਾਂਗੇ। ਦੇਖਣਾ ਹੋਵੇਗਾ ਕਿ ਆਖਿਰ ਹੁਣ ਪੁਲਿਸ ਪ੍ਰਸ਼ਾਸਨ, BSF, RPF, RCF ਅਤੇ ਹੋਰ ਰੈਪਿਡ ਐਕਸ਼ਨ ਫੋਰਸ ਵੀ ਤੈਨਾਤ ਕੀਤੀ ਗਈ ਹੈ, ਉਹਨਾਂ ਲਈ ਵੀ ਇਹ ਇੱਕ ਵੱਡੀ ਚੁਣੌਤੀ ਹੈ ਕਿ ਆਖਿਰ ਕਿਸ ਤਰ੍ਹਾਂ ਕਿਸਾਨਾਂ ਨੂੰ ਰੋਕਿਆ ਜਾਵੇ ਅਤੇ ਕਿਸਾਨ ਹੁਣ ਆਪਣੀ ਜਿੱਤ ਦੇ ਅੜੇ ਨੇ। ਅਤੇ ਉੱਧਰ ਕੇਂਦਰ ਸਰਕਾਰ ਵੀ ਲਗਾਤਾਰ ਅਜਿਹੀਆਂ ਹਰਕਤਾਂ, ਕੁਝ ਹਰਕਤਾਂ ਕਰਨ ਤੋਂ ਹਾਲੇ ਵੀ ਬਾਜ਼ ਨਹੀਂ ਆ ਰਹੀ। ਕੈਮਰਾਮੈਨ ਗੁਰਵੀਰ ਦੇ ਨਾਲ ਇਮਰਾਨ ਖਾਨ, D5 ਚੈਨਲ ਪੰਜਾਬੀ, ਦਿੱਲੀ। D5 ਚੈਨਲ ਪੰਜਾਬੀ, ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।